दिवाली तो पहला अगवा हुए अपने नौजवान लड़के की भागली बुजुर्ग जोड़ा दर दर से अपने बच्चे की भाल लिए फरियाद कर रहा है, पर पुलिस प्रशासन वालों कोई भी कार्रवाई नहीं की जा रही, जिसते बुजुर्ग जोड़ा थाना गोइंदवाल विखे पिंड की पंचायत को ना लैके स्थानक पुलिस को पहुंचे, जिते पुलिस वालों छेती तो छेती उसके पुत्र नू लभन का भरोसा दिता गया। इस मौके पर बुजुर्ग माता ने दसा कि उसका नौजवान पुत्र एक औरत वालों अगवा किया गया है, पुलिस कोई भी कार्रवाई नहीं कर रही। उन्होंने उच्च अधिकारियों को इंसाफ की फरियाद की है कि जल्द तो जल्द उसके पुत्र नू लभे जाए। ਭਾਜੀ ਹੁਣੀ ਸਾਡੇ ਰਿਸ਼ਤੇਦਾਰ ਹੈ ਗੁਰਬਖਸ਼ ਸਿੰਘ ਹੁਣੀ, ਅਤੇ ਇਹਨਾਂ ਦਾ ਬੇਟਾ ਜਿਹੜਾ ਵਾ ਪਹਿਲਾਂ ਵੀ ਤਿੰਨ ਔਰਤਾਂ ਨੇ ਗਵਾਹ ਕਰਕੇ ਅਤੇ ਉਹਨੂੰ ਮਾਰ ਕੇ ਲਿਆ ਕੇ ਤਿੰਨ ਘਰ ਸੁੱਟ ਲਿਆ ਸੀ। ਉਸ ਤੋਂ ਬਾਅਦ ਇਹ ਪੁਲਿਸ ਨੇ ਚੁੱਕ ਕੇ ਉਹਦੇ ਇਲਾਜ ਵਾਸਤੇ ਜਿਹੜਾ ਵਾ ਭੇਜਿਆ ਸਰਿਆਲੀ ਵਾਲਿਆਂ ਰੀਫਰ ਕਰਤਾ ਗੁਰੂ ਨਾਨਕ ਹਸਪਤਾਲ। ਗੁਰੂ ਨਾਨਕ ਹਸਪਤਾਲ ਰੀਫਰ ਕਰਨ ਤੋਂ ਬਾਅਦ ਹੁਣ ਲੜਕਾ ਠੀਕ ਹੋਇਆ ਅਤੇ ਹੁਣ ਅੱਜ ਦਿਵਾਲੀ ਤੋਂ ਪਹਿਲਾਂ ਦਾ ਗਾਇਬ ਆ, ਅਜੇ ਤੱਕ ਕੋਈ ਉਹਦਾ ਲਾਪਤਾ ਨਹੀਂ ਹੈਗਾ। ਤੁਹਾਨੂੰ ਕਿਹਦੇ ਸ਼ੱਕ? ਸਾਨੂੰ ਸ਼ੱਕ ਜਿਹੜੀ ਉਹ ਤਿੰਨ ਜਨਾਨੀਆਂ ਨੇ, ਉਹ ਤੁਹਾਨੂੰ ਲਿਖਤੀ ਦੇ ਦਿੰਦੇ। ਕਿੱਥੋਂ ਦੀਆਂ ਨੇ? ਲੁਹਾਰਾਂ ਦੀਆਂ। ਉਹਨਾਂ ਥਾਂ ਉਹਦੇ ਪੈਸਿਆਂ ਦੇ ਖਾਤਰ ਉਹਨੂੰ ਗਵਾਹ ਕੀਤਾ। ਉੱਧਰ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮਲਾ ਉਹਨਾਂ ਕੋਲ ਪੁੱਜ ਗਿਆ ਹੈ ਅਤੇ ਜਲਦੀ ਮਾਤਾ ਨੂੰ ਉਸਦੇ ਪੁੱਤਰ ਨੂੰ ਲੱਭ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇਹ ਨਾ ਜੀ, ਸਾਡੇ ਕੋਲ ਅੱਜ ਹੀ ਆਪਣੇ ਆਈਆਂ ਪਾਰਟੀ ਦਰਖਾਸਤ ਕਰਤਾ ਨਾ ਜੀ, ਜਿਹੜਾ ਆਪਣੇ ਗੁਰਬਖਸ਼ ਸਿੰਘ ਦਾ ਮੁੰਡਾ ਗੁਰਭੇਜ ਸਿੰਘ, ਹਾਂਜੀ, ਅਤੇ ਜਿਹੜੀ ਦੂਜੀ ਪਾਰਟੀ ਹੈ ਜਿਹਦੇ ਘਰ ਨਰਿੰਦਰ ਕੌਰ ਦੇ ਘਰ ਮੁੰਡਾ ਰਹਿਣ ਡਿਆ, ਉਹਨਾਂ ਨੂੰ ਆ ਹੁਣੇ ਕਾਲ ਕੀਤੀ ਆ ਅਤੇ ਉਹ ਇਹਦੇ ਵਿੱਚ ਮੋਹਤਵਰ ਬੰਦੇ ਨੇ, ਉਹਨਾਂ ਦੇ ਘਰ ਖੰਡ ਪਰ ਸਾਹਿਬ ਦਾ ਗੱਲ ਹੋ ਗਿਆ, ਇਸ ਕਰਕੇ ਕੱਲ੍ਹ ਸ਼ਾਮ ਦਾ 5 ਵਜੇ ਦਾ ਟਾਈਮ ਰੱਖਿਆ। ਕੱਲ੍ਹ ਸ਼ਾਮ ਨੂੰ ਦੋਵੇਂ ਪਾਰਟੀਆਂ 5 ਵਜੇ ਇਕੱਠੀਆਂ ਕਰਕੇ ਫਿਰ ਦੋਵਾਂ ਪਾਰਟੀਆਂ ਦੀ ਗੱਲਬਾਤ ਸੁਣ ਕੇ ਫਿਰ ਗਾਂ ਅਗਲੀ ਕੀ ਕਾਰਵਾਈ ਬਣਦੀ, ਫਿਰ ਕਾਨੂੰਨੀ ਕਰਕੇ ਉਹ ਸਰ ਕੱਲ੍ਹ ਦੋਵਾਂ ਪਾਰਟੀਆਂ ਦੀ ਗੱਲਬਾਤ ਸੁਣ ਤੋਂ ਤਸਦੀਕ ਬਾਅਦ ਫਿਰ ਅਗਲੀ ਕਾਰਵਾਈ। ਜਾਗਰਤੀ ਲੈ ਲਈ ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ।